ਮਰੂ ਮਰੂ ਨਾ ਕਰੋ ਮੈਂ ਭੈਣਾਂ ਨੂੰ ਬੇਨਤੀ ਕਰਦਾ ਬੀਬੀਓ ਨਾ ਕਿਹਾ ਕਰੋ ਦੁਖੀ ਮੇਰਾ ਨਿਆਣਾ ਬੱਚਾ ਹੈ ਪੜਦਾ ਨਹੀਂ ਹੈ ਨਾ ਕਿਹਾ ਕਰੋ ਜਿਵੇਂ ਮਰਜ਼ੀ ਹੱਥ ਜੋੜਾ ਲਓ ਬੀਬੀਓ ਬਜ਼ੁਰਗੋ ਤੁਸੀਂ ਬੱਚਿਆਂ ਸਾਹਮਣੇ ਨਾ ਕਿਹਾ ਕਰੋ ਮੇਰਾ ਬੱਚਾ ਦੁਖੀ ਹੈ ਆ ਮੇਰਾ ਨਿਆਣਾ ਪੜਦਾ ਨਹੀਂ ਇਹ ਵਿਚਾਰਾ ਕਮਜ਼ੋਰਾ ਜਿਹਾ ਹੈ ਇਹ ਬਿਮਾਰ ਜਿਹਾ ਰਹਿੰਦਾ ਇਹ ਲਫ਼ਜ਼ ਨਹੀਂ ਕਹਿਣੇ ਬੱਚਿਆਂ ਕੋਲ ਇਹ ਲਫ਼ਜ਼ ਕਦੀ ਨਹੀਂ ਕਹਿਣਾ ਇਹ ਕਹਿਣਾ ਇਹ ਤੇ ਛੇਰ ਪੁੱਤ ਹੈ ਸਾਡਾ ਐਂ ਕਹਿਣਾ ਇਹ ਸਾਡਾ ਛੇਰ ਪੁੱਤ ਹੈ ਕੁਛ ਨਹੀਂ ਹੋਇਆ ਇਹਨੂੰ ਚੰਗਾ ਭਲਾ 106 ਡਿਗਰੀ ਬੁਖਾਰ ਵੀ ਚੜਿਆ ਹੋਵੇ ਤਾਂ ਵੀ ਕਹਿਣਾ ਕੋਈ ਨਹੀਂ ਮੇਰਾ ਪੁੱਤ ਕਾਇਮ ਹੈ ਉਹਦੇ ਉਹਦੇ ਕੰਨਾਂ 'ਚ ਇਹ ਆਵਾਜ਼ ਨਹੀਂ ਪੈਣ ਦੇਣੀ ਕਦੇ ਤੂੰ ਢਿੱਲਾ ਹੈ ਤੂੰ ਡਾਊਨ ਹੈ ਇਹ ਲਫ਼ਜ਼ ਕਹਿਣੇ ਨੇ ਕਾਇਮ ਹੈ ਆਪਣੇ ਇਹ ਇਦਾਂ ਆਪਣੇ ਬੱਚਿਆਂ 'ਚ ਸਪਿਰਿਟ ਭਰੋ ਪੋਜ਼ਿਟਿਵਿਟੀ ਭਰਨੀ ਹੈ ਸਾਡੇ ਹੁਣ ਭੋਲੇ ਲੋਕ ਆ ਵਿਚਾਰੇ ਇੱਥੇ ਚੇਤਾ ਆ ਗਿਆ ਮੈਨੂੰ ਚਲੋ ਸੀਰੀਅਸ ਤੋਂ ਥੱਲੇ ਆਓ ਥੋੜ੍ਹੇ ਮੈਂ ਖੜਾ ਇੱਥੇ ਦੀਵਾਨ 'ਚ ਕਲਗੀਧਰ ਹਾਲ 'ਚ ਮੈਂ ਕਿਹਾ ਬੀਬੀ ਪੋਜ਼ਿਟਿਵਿਟੀ ਭਾਰੇ ਇਹਦੇ 'ਚ ਸੁਣ ਤੇ ਲਈ ਮੇਰੀ ਗੱਲ ਉਹਨੇ ਥੋੜ੍ਹਾ ਜਿਹਾ ਪਰਾਂ ਜਾ ਕੇ ਫੇਰ ਆ ਗਈ ਮੁੜ ਕੇ ਮਾਤਾ ਮੈਂ ਕਹਿੰਦਾ ਇਹ ਕਿੱਥੋਂ ਮਿਲਦੀ ਹੈ ਬੀਬੀ ਉਹਨੂੰ ਇਹ ਲੱਗਾ ਵੀ ਕੋਈ ਚੀਜ਼ ਹੈ ਜਿਹੜੀ ਇਹਦੇ 'ਚ ਪਾਉਣੀ ਪੈਣੀ ਹੈ ਵੀ ਇਹ ਮਿਲਦੀ ਕਿੱਥੋਂ ਹੈ ਸਾਡੇ ਭਲੇ ਮਾਨਸ ਲੋਕ ਹੈ ਨਾ ਭਲੇ ਮਾਨਸ ਪਰ ਗੋਰਿਆਂ ਨੂੰ ਵੇਖੋ ਨਾ ਉਹ ਆਪਣੇ ਨਿਆਣਿਆਂ ਨੂੰ ਐਂ ਪਾਲਦੇ ਆ ਵੀ ਨਿਆਣੇ ਸਾਹਮਣੇ ਨਹੀਂ ਬੋਲਣਾ ਕੁਛ ਗੱਲ ਨਹੀਂ ਕਹਿਣੀ ਆਪਣੇ ਨਿਆਣੇ ਸਾਹਮਣੇ ਨਹੀਂ ਕਦੇ ਐਂ ਕਹਿਣਾ ਨਿੱਕੀਆਂ ਨਿੱਕੀਆਂ ਗੱਲਾਂ ਤੁਹਾਡੀ ਪਰਸਨੈਲਿਟੀ ਤੇ ਅਸਰ ਕਰਦੀਆਂ ਨੋਟ ਕਰਿਓ ਗੱਲ ਮੇਰੀ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਹਾਡੀ ਪਰਸਨੈਲਿਟੀ ਤੇ ਪ੍ਰਭਾਵ ਪਾਉਂਦੀਆਂ ਕਦੇ ਮੇਰੇ ਪਿਤਾ ਨੂੰ ਪੁੱਛਿਓ ਮੇਰੀ ਮਾਤਾ ਇੱਥੇ ਬੈਠੇ ਹੋਣਗੇ ਸਾਨੂੰ ਪਤਾ ਕੀ ਕਿਹਾ ਹੋਇਆ ਸੀ ਮੇਰੇ ਪਿਓ ਨੇ ਕੱਟਾ ਚੁੰਗਦਾ ਚੁੰਗ ਜੇ ਤੈਂ ਨਹੀਂ ਛੇੜਨਾ ਅੱਛਾ ਪੜ੍ਹਾਈ ਕਰੋ ਬਸ ਏਦਾਂ ਕਹਿਣਾ ਸਾਨੂੰ ਅੱਛਾ ਜੇ ਕਦੇ ਆਹ ਲਫ਼ਜ਼ ਨਹੀਂ ਕਦੇ ਪੈਣ ਦਿੱਤਾ ਵੀ ਕੋਈ ਘਾਟਾ ਹੈ ਮੈਂ ਗਿਆ ਰਾੜਾ ਸਾਹਿਬ ਕਿੱਲੇ ਦੀ ਕਣਕ ਕਿੱਲੇ ਦੀ ਜੀਰੀ ਕਿੱਲੇ ਦੀ ਕਣਕ ਤੇ ਕਿੱਲੇ ਦੀ ਜੀਰੀ ਉੱਥੇ ਦੇ ਕੇ ਆਉਣੀ ਮੈਂ ਕਹਿਣਾ ਕਿਉਂ ਕਹਿੰਦੇ ਲੰਗਰ 'ਚ ਰੋਟੀ ਖਾਂਦਾ ਅਸੀਂ ਗੁਰਦੁਆਰੇ 'ਚ ਨਹੀਂ ਲੈਣਾ ਅਸੀਂ ਨਹੀਂ ਲੈਣਾ ਗੁਰਦੁਆਰੇ ਦਾ ਥੋੜ੍ਹਾ ਖਾਣਾ ਏਦਾਂ ਉਹਨਾਂ ਨੇ ਕੀਤਾ ਮੇਰੇ ਕੱਪੜੇ ਇੱਥੋਂ ਜਾਂਦੇ ਸੀ ਮੈਂ ਕਦੇ ਕੱਪੜਾ ਨਹੀਂ ਲਿਆ ਰਾੜਾ ਸਾਹਿਬ ਮੈਂ ਕਹਿਣਾ ਮੈਂ ਖਾਲੀ ਹੱਥੀ ਮੱਥਾ ਨਹੀਂ ਟੇਕਦਾ ਉੱਥੇ ਪੈਸੇ ਦਿੱਤੇ ਹੋਏ ਸੀ ਵੀ ਰੋਜ਼ ਇਹਨੂੰ ਚਾਹੀਦੇ ਨੇ ਪੈਸੇ ਇਹਨੂੰ ਰੋਜ਼ ਦਿਆ ਕਰੋ ਇਹ ਮਹਾਰਾਜ ਨੂੰ ਵੀ ਮੱਥਾ ਟੇਕਦਾ ਹੈ ਮਹਾਂਪੁਰਖਾਂ ਕੋਲ ਵੀ ਜਾਂਦਾ ਹੈ ਇਹ ਖਾਲੀ ਹੱਥੀ ਇਹਦੀ ਸ਼ਰਧਾ ਹੈ ਇਹਨੂੰ ਪੈਸੇ ਦਿਓ ਕਿਰਾਇਆ ਮੈਨੂੰ ਕਹਿਣਾ ਇੱਥੋਂ ਨਹੀਂ ਲੈਣਾ ਅਸੀਂ ਕਿਰਾਇਆ ਦੇਵਾਂਗੇ ਮੈਂ ਲੱਗਿਆ ਕੱਪੜੇ ਧੋਇਆ ਕਰਾਂ ਮੇਰੇ ਹੱਥ ਏਦਾਂ ਪਾਟ ਗਏ ਬੱਚਾ ਸੀ ਛੋਟੀ ਉਮਰ ਸੀ ਤੇ 500-600 ਰੁਪਈਆ ਉਦੋਂ ਉੱਥੇ ਸਾਡੇ ਇੱਕ ਬੰਦਾ ਹੁੰਦਾ ਸਾਡੇ ਨਾਲ ਰਹਿੰਦਾ ਸੀ ਉਹਨੂੰ ਦਿੱਤਾ ਮੇਰੇ ਪਿਤਾ ਨੇ 600 ਰੁਪਈਆ ਕਹਿੰਦੇ ਤੈਨੂੰ ਮੈਂ ਮਹੀਨੇ ਦਾ ਦੇ ਦਿਆ ਕਰੂੰ ਹੁਣ ਗੱਲ ਵੀ 25 ਸਾਲ ਪੁਰਾਣੀ ਹੈ 600 ਰੁਪਈਆ ਉਦੋਂ ਦਾ ਵਧੀਆ ਸੀ ਵੀ ਤੂੰ ਇਹਦੇ ਨਾਲ ਜਾਇਆ ਕਰ ਤੂੰ ਇਹਦੇ ਨਾਲ ਜਾਇਆ ਕਰ ਜਦੋਂ ਇਹਨੇ ਨਹਾਉਣਾ ਵਗੈਰਾ ਹੁੰਦਾ ਤੇ ਤੂੰ ਇਹਨੂੰ ਇਸ਼ਨਾਨ ਕਰਾ ਦਿਆ ਕਰ ਇਹਦੇ ਕੱਪੜੇ ਧੋ ਦਿਆ ਕਰ ਉਹ ਮੇਰਾ ਕਸ਼ਹਿਰਾ ਤੌਲੀਆ ਚੱਕ ਕੇ ਤੁਰਿਆ ਕਰੇ ਮੇਰੇ ਪਿੱਛੇ ਮੇਰੇ ਪਿਓ ਨੇ ਮੈਨੂੰ VIP ਬਣਾਤਾ ਉਦੋਂ ਨਿੱਕੀ ਜੀ ਉਮਰ ਧਿਆਨ ਨਾਲ ਮੇਰਾ ਨੁਕਤਾ ਨੋਟ ਕਰਿਓ ਵੀਰੋ ਕਾਇਮ ਧਿਆਨ ਨਾਲ ਸੁਣਿਓ ਮੇਰੀ ਗੱਲ ਚਲੋ ਉੱਥੇ ਰਹੇ ਮੈਂ ਆਇਆ ਮੇਰੀ ਸਭ ਤੋਂ ਪਹਿਲਾਂ ਜਿਹੜਾ ਮੈਂ ਪ੍ਰਚਾਰ ਸ਼ੁਰੂ ਕੀਤਾ ਮੇਰੀ ਗੱਡੀ ਮੈਨੂੰ ਦਾਦੀ ਨੇ ਲੈ ਕੇ ਦਿੱਤੀ ਮੇਰਾ ਦਾਦਾ 8-10 ਲੱਖ ਰੁਪਈਆ ਮੇਰੀ ਦਾਦੀ ਦੇ ਨਾਂ ਛੱਡ ਗਿਆ ਸੀ ਜਦੋਂ ਚੜ੍ਹਾਈ ਕੀਤੀ ਜ਼ਮੀਨ ਵੀ 8-10 ਕਿੱਲੇ ਦਾਦੀ ਦੇ ਨਾਂ ਤੇ ਪੈਸਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਬੱਚਾ ਜਦੋਂ ਪਾਲਣਾ ਆ ਨੋਟ ਕਰਿਓ ਮੇਰੀ ਗੱਲਾਂ ਉਹ 8-10 ਲੱਖ ਰੁਪਈਆ ਸੀ ਮੇਰੀ ਦਾਦੀ ਨੇ ਮੈਨੂੰ ਗੱਡੀ ਲੈ ਕੇ ਦਿੱਤੀ ਪਹਿਲੀ ਗੱਡੀ ਅਸੀਂ ਲਈ ਉਹਨੇ ਲੈ ਕੇ ਦਿੱਤੀ ਮੈਂ ਦੂਜੀ ਗੱਡੀ ਲਈ ਉਹਦੇ ਪੈਸੇ ਮੇਰੇ ਪਿਤਾ ਨੇ ਦਿੱਤੇ ਜ਼ਮੀਨ ਆਪਣੀ ਘਰ ਦੀ ਇੱਕ ਸਾਲ ਜਥੇ ਦਾ ਪ੍ਰਸ਼ਾਦਾ ਮੇਰੀ ਮਾਂ ਨੇ ਬਣਾਇਆ ਘਰੋਂ ਮੈਂ ਖਰਚਾ ਕਰਦਾ ਰਿਹਾ ਕਦੇ ਵੀ ਨਾ ਕਦੀ ਵੀ ਮੈਨੂੰ ਏਦਾਂ ਮਹਿਸੂਸ ਨਹੀਂ ਹੋਣ ਦਿੱਤਾ ਵੀ ਮੈਂ ਘਾਟਾ ਕਿਸੇ ਨਾਲ ਮੇਰੇ ਪਿਓ ਨੇ ਸਿੰਪਲ ਹੈ ਸਿੱਧੇ ਸਾਧੇ ਬੰਦੇ ਹੈ ਪਰ ਮੇਰੇ ਕੰਨਾਂ 'ਚ ਆਵਾਜ਼ ਨਹੀਂ ਪੈਣ ਦਿੱਤੀ ਵੀ ਤੂੰ ਘਾਟਾ ਕਿਸੇ ਨਾਲ ਮੈਨੂੰ ਕਹਿਣਾ ਤੂੰ ਕਾਇਮ ਰਹਿ ਮੈਂ ਹੈਗਾ ਤੇਰੇ ਨਾਲ ਉਹ ਗੱਲਾਂ ਤੁਹਾਨੂੰ ਕਾਇਮ ਕਰਦੀਆਂ ਹੈ ਗੱਲ ਇਹ ਨਹੀਂ ਹੁੰਦੀ ਕਿ ਤੁਹਾਡੇ ਕੋਲ ਯਾਰ ਇਹਨਾਂ ਸਾਡੇ ਪੱਲੇ ਕੀ ਹੈ
ਆ 25 30 ਕਿੱਲੇ ਜ਼ਮੀਨ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੈ ਉਹਦੇ ਤੇ ਬਿਲਡਿੰਗਾਂ ਬਣਾ ਲੀਆਂ ਬਾਹਰੋਂ ਅਸੀਂ ਕੱਖ ਨਹੀਂ ਇਹਨਾਂ ਕੋਲ 500 ਕਿੱਲਾ ਜ਼ਮੀਨ ਦਾ ਹੈ ਹਜ਼ਾਰ ਹਜ਼ਾਰ ਏਕੜ ਜ਼ਮੀਨ ਦਾ ਹੈ ਪਰ ਜਿਨ੍ਹਾਂ ਨਾਲ ਮੱਥਾ ਪਤਾ ਕਿਉਂ ਲਾਇਆ ਇੱਥੋਂ ਮੈਂ ਕਾਇਮ ਆ ਇੱਥੋਂ ਮੇਰਾ ਮਨ ਪਤਾ ਕੀ ਕਹਿੰਦਾ ਮੈਂ ਕਿਹੜਾ ਕਿਸੇ ਨਾਲੋਂ ਘੱਟ ਆ ਸ੍ਰੀ ਅਕਾਲ ਸੁਣੋ ਪੱਲੇ ਮੇਰੇ ਕੱਖ ਨਹੀਂ ਪੱਲੇ ਕੱਖ ਨਹੀਂ ਕੋਈ ਪ੍ਰਾਪਰਟੀ ਨਹੀਂ ਕੋਈ ਜ਼ਮੀਨ ਨਹੀਂ ਪਰ ਮਾਈਂਡ ਮੇਰਾ ਇੱਥੇ ਹੈ ਵੀ ਐਂ ਕਿਵੇਂ ਕਹਿ ਗਿਆ ਤੂੰ ਇਹ ਘੱਗਰੀਆਂ ਪਾਈ ਫਿਰਦੇ ਨੇ ਆਹ ਚੀਜ਼ ਜਿਹੜੀ ਹੈ ਨਾ ਇਹ ਬਚਪਨ ਤੋਂ ਹੈ ਅੱਜ ਨਵੀਂ ਨਹੀਂ ਆਈ ਇਹ ਸ਼ੁਰੂ ਤੋਂ ਹੀ ਇਦਾਂ ਇਹ ਚੀਜ਼ਾਂ ਤੁਹਾਨੂੰ ਤੁਹਾਡੇ ਨਿਆਣਿਆਂ 'ਚ ਭਰਨੀਆਂ ਪੈਣਗੀਆਂ ਤੁਹਾਡੇ ਬੱਚਿਆਂ ਨੂੰ ਭਰਨੀਆਂ ਪੈਣਗੀਆਂ ਨਿਆਣਾ ਜਦੋਂ ਨੋਟ ਕਰਿਓ ਸੁਣੋ ਹੈਗੇ ਹੋ ਗਰੀਬ ਸਿੰਪਲ ਪਰਿਵਾਰ ਪਰਿਵਾਰ ਹੈ ਤੇਰਾ ਸਿੰਪਲ ਹੋ ਤੁਸੀਂ ਸਾਦਾ ਅਗ ਲੱਗਣਾ ਸੀ ਅਸੀਂ ਅਸੀਂ ਜੀ ਮਿਡਲ ਕਲਾਸ ਫੈਮਿਲੀ ਹਾਂ ਅਸੀਂ ਲੋਅਰ ਕਲਾਸ ਹਾਂ ਅਸੀਂ ਗਰੀਬ ਹਾਂ ਹਾਈ ਕਲਾਸ ਨਹੀਂ ਅਸੀਂ ਵੱਡੇ ਪਰਿਵਾਰਾਂ 'ਚੋਂ ਨਹੀਂ ਹਾਂ ਪਰ ਮੇਰਾ ਪੁਆਇੰਟ ਨੋਟ ਕਰਿਓ ਅੱਜ ਬੱਚੇ ਪਾਲਣ ਵਾਲੇ ਉਹ ਸਾਰੇ ਨੋਟ ਕਰਿਓ ਆਪਣਾ ਬੱਚਾ ਹੈ ਨਾ ਜਿਹੜਾ ਹੈਗਾ ਗਰੀਬ ਹੈ ਪਰ ਉਹਦੀ ਸਾਈਕੀ ਅਮੀਰ ਕਰਦੇ ਗਰੀਬ ਬਾਹਰੋਂ ਅਮੀਰ ਕਰਨ ਦੀ ਲੋੜ ਨਹੀਂ ਸਾਈਕੀ ਅਮੀਰਾਂ ਵਾਲੀ ਸਾਈਕੀ ਵੀ ਆਈ ਪੀ ਕਰਦੇ ਉਹਦੀ ਤੇ ਜਿੱਦੇ ਵੀ ਆਈ ਪੀ ਸਾਈਕੀ ਹੋਈ ਨਾ ਵੀ ਆਈ ਪੀ ਬੰਦਿਆਂ ਵਿੱਚ ਬੈਠੇ ਉਹਦੇ ਹੱਥ ਨਹੀਂ ਕੰਬਣੇ ਚਾਹ ਲੈ ਕੇ ਇੱਦਾਂ ਕੱਪ ਨਹੀਂ ਕੰਬਣਾ ਮੈਨੂੰ ਮਾਫ ਕਰ ਦਿਓ ਮੈਂ ਗੱਲ ਮਾਨ ਨਾਲ ਨਹੀਂ ਕਹਿੰਦਾ ਮੇਰੇ ਨਾਲ ਤੁਸੀਂ ਕਿਸੇ ਵੱਡੇ ਲੀਡਰ ਨੂੰ ਚਾਹ ਪਿਆ ਦਿਓ ਮੇਰੇ ਹੱਥ ਨਹੀਂ ਕੰਬਦੇ ਉਹਦੇ ਸਾਹਮਣੇ ਕਿਉਂਕਿ ਮੈਂ ਸ਼ੁਰੂ ਤੋਂ ਇਦਾਂ ਹੀ ਰਿਹਾ ਮੇਰੀ ਸਾਈਕੀ ਇਦਾਂ ਦੀ ਹੈ ਮੈਂ ਆਪਣੀ ਸਾਈਕੀ ਵਿੱਚ ਕਦੇ ਆਪਣੇ ਆਪ ਨੂੰ ਘੱਟ ਨਹੀਂ ਸਮਝਿਆ ਇਹ ਹੰਕਾਰ ਨਹੀਂ ਇਹ ਕੌਨਫੀਡੈਂਸ ਹੈ ਇਹ ਆਤਮ ਵਿਸ਼ਵਾਸ ਹੈ ਮੈਨੂੰ ਮੈਂ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ ਚਾਹੇ ਕੋਈ ਹੋਵੇ ਇਸੇ ਸਾਈਕੀ ਕਰਕੇ ਇਹ ਇਹ ਤੁਹਾਡਾ ਸਾਈਕੀ ਘੜਨੀ ਪੈਂਦੀ ਹੈ ਤੁਸੀਂ ਜ਼ਰੂਰੀ ਨਹੀਂ ਕਿ ਅਮੀਰ ਹੋਵੋ ਪਰ ਬ੍ਰੇਨ ਹੈ ਜਿਹੜਾ ਦਿਮਾਗ ਹੈ ਜਿਹੜਾ ਤੁਹਾਡੇ ਬੱਚੇ ਦਾ ਉਹ ਅਮੀਰਾਂ ਵਾਲਾ ਚਾਹੀਦਾ ਫਿਰ ਸੁਣੋ ਗੱਲ ਨੋਟ ਕਰੋ ਮੇਰੀ ਗੱਲ ਨਿਆਣਾ ਬੱਚੇ ਨੂੰ ਤੁਸੀਂ ਪੜ੍ਹਾਉਣਾ ਚਾਹੁੰਦੇ ਆ ਕਿੰਨਾ ਪੈਸਾ ਲੱਗਦਾ ਹੈ ਕਈਆਂ ਦੇ ਬੱਚਿਆਂ ਦੇ ਉੱਤੇ ਇੱਕ ਸਾਲ ਦਾ 50,000 ਲੱਗ ਜਾਂਦਾ ਨਾ ਜੀ ਕਈਆਂ ਦਾ 20,000 ਚ ਬੱਚਾ ਪੜ੍ਹਦਾ ਇੱਕ ਸਾਲ ਦਾ 50 ਤੁਹਾਡਾ ਨਿਆਣਾ ਪੜ੍ਹਨਾ ਹੈ ਜੀ 15 ਸਾਲ ਤੇ 15 ਸਾਲਾਂ ਦਾ 50,000 ਮਹੀਨਾ ਲਾ ਲਓ 7.5 ਲੱਖ ਬਣ ਗਿਆ 7.5 ਨਾ ਮੰਨੋ ਖਰਚਾ ਵੱਧ ਜਾਣਾ 10 ਲੱਖ 10 ਲੱਖ ਹੋ ਗਿਆ ਜੀ ਇੱਕ ਸਾਲ ਦਾ ਹੁਣ ਬੱਚੇ ਨੂੰ 5 ਵਾਰੀ ਖਾਣਾ ਖਵਾਉਣ ਲੈ ਜਾ ਬਾਹਰ ਛੋਟੇ ਬੱਚੇ 5 ਵਾਰ ਖਾਣਾ ਖਵਾਉਣ ਲੈ ਜਾ ਖਾਣਾ ਖਾਣ ਗਏ ਉਹਨੂੰ ਕਹੇ ਬੇਟਾ ਆ ਲੈ ਫੜ 10 ਰੁਪਈਏ ਟਿਪ ਦੇ ਦੇ ਕਿੰਨੇ 10 ਮਹੀਨੇ 'ਚ 5 ਵਾਰੀ ਕਿੰਨੇ ਬਣੇ 50 ਸਾਲ ਦਾ ਕਿੰਨਾ ਬਣਿਆ 600 ਬਣਿਆ ਤੇ 10 ਸਾਲਾਂ 'ਚ ਕਿੰਨਾ ਦਊਗਾ ਟਿਪ 6,000 ਜੇ 50 ਰੁਪਈਏ ਟਿਪ ਦਵੇਂ ਫਿਰ 50-60,000 ਰੁਪਈਆ 15 ਸਾਲਾਂ ਦਾ ਹੁਣ ਟਿਪ ਕੌਣ ਦਿੰਦਾ ਖੁਲਾ ਗਰੀਬ ਕੇ ਸਾਈਕੀ ਕਿਹਦੀ ਕਿੱਦਾਂ ਦੀ ਬਣ ਗਈ ਉਹਦੀ ਅਮੀਰਾਂ ਤੇ ਜਿੱਦੇ ਕਿਤੇ ਬੈਠਾ ਅਮੀਰਾਂ ਦੇ ਵਿੱਚ ਉਹਦੇ ਉਹਦੇ ਹੱਥ ਨਹੀਂ ਕੰਬਣੇ ਵੱਡੇ ਹੋਟਲ 'ਚ ਖਾਣਾ ਖਾਣਾ ਪਿਆ ਉਹਦੇ ਹੱਥ ਨਹੀਂ ਕੰਬਣੇ ਉਹ ਕਾਇਮ ਹੋ ਕੇ ਖਾ ਲੂ ਕਿਉਂ ਕਿਉਂਕਿ ਤੂੰ ਬਚਪਨ ਤੋਂ ਉਹਨੂੰ ਗਰੀਬ ਨਹੀਂ ਰਹਿਣ ਦਿੱਤਾ ਇਹ ਕੰਮ ਭਿਖਾਰੀ ਵੀ ਆਪਣੇ ਬੱਚੇ ਨਾਲ ਕਰ ਸਕਦਾ ਜ਼ਰੂਰੀ ਨਹੀਂ ਪੈਸੇ ਨਾਲ ਤੁਸੀਂ ਅਮੀਰ ਕਰਨਾ ਆਪਣੇ ਨਿਆਣੇ ਨੂੰ ਸਾਈਕੀ ਬਣਾ ਦਿਓ ਦਿਮਾਗ ਬਣਾ ਦਿਓ ਇਹੋ ਜਿਹਾ ਮੈਂ ਤੁਹਾਡੀ ਗੱਲ ਨੋਟ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਗੁਰੂ ਗੋਬਿੰਦ ਸਿੰਘ ਨੇ ਜਿਹੜੇ ਉਧਰੋਂ ਆਉਂਦੇ ਸੀ ਉਹਨਾਂ ਦੀ ਸਾਈਕੀ ਪਤਾ ਕੀ ਸੀ ਮਾਰ ਦਿਆਂਗੇ ਲੁੱਟ ਲਾਂਗੇ ਹਥਿਆਰ ਉਹਨਾਂ ਕੋਲ ਜ਼ਿਆਦਾ ਸੀ ਪਰ ਗੁਰੂ ਸਾਹਿਬ ਨੇ ਹਥਿਆਰ ਦਿੱਤੇ ਕਿ ਸਾਈਕੀ ਬਣਾਈ ਵੀ ਕਰ ਲਓਗੇ ਮੁਕਾਬਲਾ ਬੋਲੋ ਸਾਈਕੀ ਦਿਮਾਗ ਉਹ ਸਾਰਾ ਕੁਝ ਨਹੀਂ ਦੇਣਾ ਹਥਿਆਰ ਉਹਨੇ ਨਹੀਂ ਦੇਣੇ ਦਿਮਾਗ ਉਹਦਾ ਉਦੋਂ ਵੀ ਉੱਪਰ ਘੜ ਦੇਣਾ ਤੇ ਤੁਹਾਡੇ ਥੋੜੇ ਜੇ ਵੀ ਉਹਦਾ ਮੁਕਾਬਲਾ ਕਰ ਸਕਣਗੇ ਅੱਛਾ ਹੁਣ ਇੱਕ ਕੰਮ ਹੋਰ ਕਰਿਓ ਵੀਰੋ ਸਬਜ਼ੀ ਖਰੀਦਣ ਜਾਈ ਨਿਆਣੇ ਨੂੰ ਨਾਲ ਲੈ ਜੀ ਬਣਾਉਣਾ ਕੀ ਹੈ ਤੈਂ ਵੱਡਾ ਹੋ ਕੇ 2 ਕਰੋੜ ਦੇ ਕੇ ਬਿਜ਼ਨਸਮੈਨ ਬਣਾਉਣਾ ਹੈ ਤੇ ਜਾ ਕੇ ਪਤਾ ਕੀ 6 ਰੁਪਈਏ ਭਿੰਡੀਆਂ ਲਾਣੀਆਂ ਨੇ ਲਾ ਲਾ ਨਹੀਂ ਤੇ ਰਹਿਣ ਦੇ ਬੱਚਾ ਨਾਲ ਲੈ ਜਾ ਛੋਟਾ ਜਿਹਾ ਆਲੂ ਵੇਖ ਲੈ ਜੇ ਤੇ 3 ਰੁਪਈਏ ਦੇਣੇ ਨੇ ਦੇ ਲੈ ਨਹੀਂ ਤੇ ਉੱਥੋਂ ਪਰਲੀ ਦੁਕਾਨ ਤੋਂ 2 ਰੁਪਏ ਇਹ ਨਿਆਣੇ ਨੂੰ ਨਾਲ ਲੈ ਕੇ ਸ਼ੋਪਿੰਗ ਕਰਦਾ ਫਿਰ
ਉਹਦੇ ਸਾਈਕੀ ਕਿੱਦਾਂ ਦੀ ਘੜ ਰਹੀ, ਦਿਮਾਗ ਕਿੱਦਾਂ ਦਾ ਘੜ ਰਹੇ ਹੋ ਤੁਸੀਂ ਬੱਚੇ ਦਾ। ਤਾਂ ਮੈਂ ਕਹਿ ਰਿਹਾ ਆਪਣੇ ਬੱਚੇ ਨੂੰ ਕਦੇ ਇਦਾਂ ਦੀ ਗੱਲ ਲਫ਼ਜ਼ ਨਾ ਬੋਲੋ, ਅਸੀਂ ਕਮਜ਼ੋਰ ਹਾਂ, ਅਸੀਂ ਘੱਟ ਹਾਂ, ਅਸੀਂ ਗਰੀਬ ਹਾਂ। ਹੈਗਾ ਗਰੀਬ ਪਰ ਆਪਣੇ ਰੋਣੇ ਕੱਲਾ ਰੋਲਾ ਬੱਚੇ ਸਾਹਮਣੇ ਨਾ ਰੋ, ਉਹਨੂੰ ਐ ਰਹਿਣ ਦੇ, ਉਹਦੇ ਚ ਕੌਨਫੀਡੈਂਸ ਰਹਿਣ ਦੇ। ਨਿੱਕੇ ਨਿਆਣੇ ਨੂੰ ਕਦੇ ਬਿਮਾਰ ਹੈ, ਢਿੱਲਾ ਐ, ਅਸੀਂ ਸਾਡੇ ਨਾਲ ਧੱਕਾ ਹੋ ਰਿਹਾ, ਇਹ ਲਫ਼ਜ਼ ਆਪਣੇ ਛੋਟੇ ਬੱਚੇ ਕੋਲ ਕਦੀ ਨਹੀਂ। ਤੁਹਾਡਾ ਨਿਆਣਾ ਹੋਊ ਮਿਡਲ ਕਲਾਸ ਦਾ ਪਰ ਦਿਮਾਗ ਦੇ ਪੱਖੋਂ ਸਾਈਕੀ ਦੇ ਪੱਖੋਂ ਬਹੁਤ ਉੱਚਾ ਹੋ ਜਾਏਗਾ, ਦਿਮਾਗ ਦੇ ਪੱਖੋਂ ਬਹੁਤ ਉੱਚਾ ਹੋਏਗਾ। ਸਾਈਕੀ ਕੜੋ। ਮੈਂ ਕਹਿ ਰਿਹਾ ਮੇਰੇ ਪਿਤਾ ਅਨਪੜ੍ਹ ਬੰਦੇ ਐ, ਪਿੰਡ ਦੇ ਸਿੱਧਾ ਸਾਦਾ ਜੱਟ, ਪਰ ਮੈਂ ਇਹ ਦੇਣ ਨਹੀਂ ਦੇ ਸਕਦਾ। ਅੱਜ ਜਿਹੜੀ ਮੇਰੀ ਸਾਈਕੀ ਹੈ, ਮੈਂ ਜਿੱਦਾਂ ਦਾ ਵੀ ਹਾਂ, ਉਹਨਾਂ ਨੇ ਘੜੀ ਹੈ ਮੇਰੀ ਸਾਈਕੀ, ਮੇਰਾ ਦਿਮਾਗ ਘੜਿਆ, ਮੈਂ ਸ਼ੁਰੂ ਤੋਂ ਇਦਾਂ ਦਾ ਪਹਿਲੇ ਦਿਨ ਤੋਂ ਤੇ ਜਿੱਦਣ ਤੋਂ ਇੱਥੇ ਆਇਆ ਆਹ ਜਗ੍ਹਾ ਹੈ, ਇਦਾਂ ਹੀ ਗਿਆ ਮੈਂ ਸਮਝੌਤਾ ਨਹੀਂ ਕੀਤਾ ਕਦੇ, ਸਾਊਂਡ ਲੱਗੇਗਾ ਕਰਾਂਗਾ ਨਹੀਂ ਤੇ ਨਹੀਂ। ਕਦੇ ਤੁਸੀਂ ਵੇਖਿਆ ਮੈਂ ਇਦਾਂ ਵੀ ਮੈਂ ਬੈਠਾਂ ਵਿੱਚ ਕਦੇ ਟਾਈਮ ਮਿਲ ਗਿਆ ਨਹੀਂ ਮਿਲਿਆ, ਨਹੀਂ ਸਾਡਾ ਇਦਾਂ ਹੀ ਸਿਸਟਮ ਹੈ। ਮੈਂ ਆਇਆ, ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, 5 ਮਿੰਟ ਵਿੱਚ ਬਾਜਾ ਖਾਲੀ, ਥਾਂ ਖਾਲੀ, ਫਿੱਟ ਹੋ ਜਾਂਦਾ। 20 ਸਾਲ ਤੋਂ ਇਦਾਂ ਇਸੇ ਤਰ੍ਹਾਂ, ਕਦੇ ਮੈਂ ਸਮਝੌਤਾ ਨਹੀਂ ਕਰਨ ਦਿੱਤਾ। ਤਾਂ ਤੁਹਾਨੂੰ ਕਹਿੰਦਾ ਵੀ ਸਾਈਕੀ ਹੈ ਨਾ ਜਿਹੜੀ, ਉਹਨੂੰ ਕੱਢ ਕੇ ਰੱਖੋ, ਦਿਮਾਗ ਕੱਢੋ, ਅੰਦਰੋਂ ਅਮੀਰ ਹੋ ਜਾਓ। ਹੈ ਨਹੀਂ ਅਮੀਰ ਵੀਰੋ, ਕਰੋੜਾਂ ਕਰਜ਼ਾ ਦੇਣ ਵਾਲਾ ਹੋਣਾ ਪਰ ਦਿਮਾਗ ਕਰਜ਼ਾਈ ਨਹੀਂ ਹੋਣ, ਇੱਥੇ ਨਹੀਂ ਚੜ੍ਹਨ ਦਿੱਤਾ ਕਦੇ, ਇੱਦਾਂ ਨਹੀਂ ਹੋਣ ਦਿੱਤਾ ਕਦੇ ਵੀ ਅਸੀਂ ਆਏ ਹਾਂ ਜਾਂ ਅਸੀਂ ਆਏ ਹਾਂ, ਨਾ ਕਦੇ ਨਾ ਹੋਇਆ। ਆ ਵੀਰੋ ਆ ਹੁਣ ਮੰਨ ਲਓ ਸ਼ੇਕ ਸ਼ੂਕ ਦੇਣ, ਇਹਨਾਂ ਦਾ ਫੈਸਲਾ ਪਤਾ ਨਹੀਂ ਕੀ ਆਉਣਾ, ਚੱਲ ਜਿੱਦਾਂ ਆਊਗਾ, ਪਰ ਅਸੀਂ ਆਪਣੇ ਆਪ ਨੂੰ ਇੱਦਾਂ ਹੀ ਰੱਖਾਂਗੇ। ਇਹ ਥੋੜ੍ਹਾ ਵੀ ਹੁਣ ਮਰ ਗਏ ਜੀ ਬੁਰਾ ਹਾ, ਐ ਨਹੀਂ ਕਰਨ ਦੇਣਾ ਕਦੇ, ਮਰਨ ਤੱਕ ਹੀ ਰਾਂਗੇ, ਦੀਵਾਨ ਲਾਈਏ ਚਾਹੇ ਨਾ ਲਾਈਏ, ਉਹ ਇੱਕ ਘੜੋ, ਇਹ ਤੁਹਾਨੂੰ ਤੁਹਾਡਾ ਘੜਨਾ ਪੈਣਾ, ਇਹ ਬੜਕ ਘੜਨੀ ਪੈਣੀ ਹੈ। ਭਿਖਾਰੀ ਬਿਰਤੀ ਨਹੀਂ, ਕੋਈ ਸਮਝੌਤਾ ਨਹੀਂ। ਕੈਸੀ ਹੁਣ ਸੋਚ ਕੇ ਵੇਖੋ, ਗੁਰਦੁਆਰਿਆਂ ਵਿੱਚ ਮੰਗਣ ਦੀ ਬਿਰਤੀ ਹੁੰਦੀ, ਬਾਬਾ ਜੀ ਕੁਛ ਦੇਣਗੇ ਮੈਨੂੰ, ਮੈਂ ਲੈ ਜੂ, ਮੇਰੇ ਘਰੇ ਲੈ ਜੂ, ਮੈਂ ਡੱਬਾ ਲੈ ਜਾਂ, ਮੈਂ ਸੇਬ ਲੈ ਜਾਂ, ਮੈਨੂੰ ਕੇਲੇ ਮਿਲ ਜਾਣ, ਮੈਂ ਲੈ ਜਾਂ ਆਪਣੇ ਨਿਆਣਿਆਂ ਲਈ। ਮੇਰੇ ਦਿਮਾਗ 'ਚ ਇਹ ਭਰਿਆ ਹੋਇਆ ਸੀ, ਮੈਂ ਉੱਥੇ ਰਹਿੰਦਾ ਸੀ, ਮੈਨੂੰ ਲੱਗਦਾ ਸੀ ਮੇਰੇ ਘਰੋਂ ਤੇ ਕਿੱਲੇ ਦੀ ਕਣਕ ਆਉਂਦੀ ਹੈ, ਤੇ ਮੈਂ 40 ਬੋਰੀਆਂ ਥੋੜ੍ਹਾ ਖਾ ਜਾਂਦਾ ਸੀ, ਕੁਇੰਟਲ 40 ਕੁਇੰਟਲ ਖਾਂਦਾ ਸੀ ਮੈਂ ਕਿਤੇ। ਪਰ ਮੇਰੇ ਦਿਮਾਗ ਕਿੱਦਾਂ ਦਾ ਸੀ ਮੇਰਾ ਘੜਿਆ ਹੋਇਆ, ਵੀ ਮੇਰੇ ਘਰੋਂ ਮੈਂ ਐਵੇਂ ਨਹੀਂ ਤੁਰਿਆ ਫਿਰਦਾ, ਆਹ ਚੀਜ਼ ਦਿਮਾਗ 'ਚ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਹਾਡੇ ਨਿਆਣੇ ਨੂੰ ਕਦੇ ਇਹ ਲਫ਼ਜ਼ ਨਹੀਂ ਵਰਤਣਾ ਵੀ ਤੂੰ ਐਵੇਂ ਹੀ ਹੈ, ਨਹੀਂ ਬੇਟਾ ਤੂੰ ਤੂੰ ਖਾਸ ਹੈ ਸਾਰਿਆਂ ਨਾਲੋਂ। ਕੋਈ ਘਰ ਦੀ ਕਮਜ਼ੋਰੀ, ਘਰ ਦੇ ਦੁੱਖੜੇ ਨਿਆਣੇ ਸਾਹਮਣੇ ਨਹੀਂ ਰੋਣੇ, ਬੱਚੇ ਸਾਹਮਣੇ ਨਹੀਂ ਰੋਣੇ, ਉਹਨੂੰ ਕਾਇਮ ਕਰ। ਹੈਗੇ ਗਰੀਬ ਆ ਪਰ ਨਿਆਣਿਆਂ ਦਾ ਦਿਮਾਗ ਹੈ ਜਿਹੜਾ, ਸਾਈਕੀ ਜਿਹੜੀ ਹੈ ਅਮੀਰਾਂ ਵਾਲੀ। ਗੁਰੂ ਗੋਬਿੰਦ ਸਿੰਘ ਨੇ ਸਾਈਕੀ ਘੜੀ ਹੈ, ਉਹ ਬਾਦਸ਼ਾਹ ਉਧਰੋਂ ਚੜ ਚੜ ਕੇ ਆਉਣ ਵਾਲੇ, ਇਧਰ ਵਾਲਿਆਂ ਦੀ ਸਾਈਕੀ ਕੀ ਸੀ? ਜੇ ਉਹਨਾਂ ਦਾ ਬਾਦਸ਼ਾਹ ਤੇ ਸਾਡਾ ਵੀ ਬਾਦਸ਼ਾਹ ਕਲਗੀ ਲਾ ਕੇ ਬੈਠਾ, ਸਾਡੇ ਕੋਲ ਇਹਦਾ ਪ੍ਰਭਾਵ ਸੁਰਤ ਦੇ ਉੱਤੇ ਅਸਰ। ਗੁਰੂ ਗੋਬਿੰਦ ਸਿੰਘ ਦੀ ਕਲਗੀ ਦਾ ਅਰਥ ਕੀ ਹੈ? ਉਹਨਾਂ ਦਾ ਕਿਲਾ ਸਾਡਾ ਵੀ ਕਿਲਾ, ਹਾਲਾਂਕਿ ਛੋਟਾ ਜਿਹਾ, ਪਰ ਸਾਈਕੀ ਕਿੱਦਾਂ ਦੀ ਹੋਣੀ ਹੈ ਸਿੱਖਾਂ ਦੀ, ਵੀ ਸਾਡਾ ਵੀ ਕਿਲਾ, ਅਸੀਂ ਵੀ ਕਿਲਿਆਂ ਵਾਲੇ, ਅਸੀਂ ਵੀ ਕਲਗੀਆਂ ਵਾਲੇ ਹਾਂ, ਜੋ ਕਲਗੀ ਲਾਉਂਦਾ ਅਸੀਂ ਵੀ ਲਾਉਂਦੇ ਹਾਂ। ਤੇ ਉਹ ਕਹਿੰਦੇ ਸੀ ਸਾਡਾ ਬਾਦਸ਼ਾਹ, ਸਿੱਖ ਕਹਿੰਦੇ ਸੀ ਸਾਡਾ ਸੱਚਾ ਪਾਤਸ਼ਾਹ, ਅਸੀਂ ਕਿਹੜਾ ਕੱਟ, ਸਮਝਦੇ ਹੋ ਵੀਰੋ?